ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ। ਅਸੀਂ ਕਈ ਦਿਨਾਂ ਤੋਂ ਪਿਛਲਾ ਵਲੌਗ ਨਹੀਂ ਪਾਇਆ ਕਿਉਂਕਿ ਮੇਰੇ ਹੱਥ 'ਤੇ ਥੋੜ੍ਹੀ ਸੱਟ ਲੱਗ ਚੁੱਕੀ ਹੈ। ਮੇਰੀ ਉਂਗਲ ਹੈ ਜੋ ਫਿੰਗਰ, ਲੇਡੀ ਫਿੰਗਰ ਕਹਿੰਦੇ ਨੇ, ਉਹ ਟੁੱਟ ਚੁੱਕੀ ਹੈ, ਸਕੈਨ ਦੇ ਵਿੱਚ ਆਏਗਾ ਅਤੇ ਕ੍ਰਿਕਟ ਖੇਡਦੇ ਹੋਏ ਟੁੱਟ ਗਈ। ਅਤੇ ਅੱਜ ਅਸੀਂ ਆਪਣਾ ਨਵਾਂ ਵਲੌਗ ਲੈ ਕੇ ਆਏ ਹਾਂ ਕਿਉਂਕਿ ਆਪਾਂ ਗੁਰਦੁਆਰੇ ਭਰਤ ਪਾ ਰਹੇ ਹਾਂ, ਅੱਜ ਤੋਂ ਦਿਖਾਉਂਦੇ ਹਾਂ ਭਰਤ ਦੇ ਕੰਮ ਚੱਲ ਰਿਹਾ ਜੀ। ਤਿੰਨ ਚਾਰ ਟ੍ਰੈਕਟਰ ਲੱਗੇ ਹੋਏ ਨੇ ਸਾਡੇ, ਸਾਰੇ ਪਿੰਡ ਦੇ ਲਗਭਗ ਬੰਦੇ ਲੱਗੇ ਹੋਏ ਨੇ। ਆਇਓ ਸੇਵਾਦਾਰ ਨੇ, ਤੁਸੀਂ ਦੇਖ ਸਕਦੇ ਹੋ ਜੀ ਪੂਰਾ ਕੰਮ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ। ਇਹ ਸਾਡਾ ਛੋਟਾ ਜਿਹਾ ਪਿੰਡ ਹੈ, 50-60 ਘਰ ਨੇ, ਪਰ ਅਸੀਂ ਹੁਣ ਗੁਰਦੁਆਰਾ ਨਵਾਂ ਪਾਇਆ ਹੈਗਾ। ਪਹਿਲਾਂ ਵਾਲਾ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ, ਇਹ ਸਾਡਾ ਪਹਿਲਾਂ ਵਾਲਾ ਗੁਰਦੁਆਰਾ ਹੈ। ਇਹ ਹੁਣ ਅਸੀਂ ਨਵਾਂ ਗੁਰਦੁਆਰਾ ਇੱਥੇ ਪਾਇਆ ਹੈਗਾ, ਇੱਥੇ ਭਰਤ ਦਾ ਕੰਮ ਚੱਲ ਰਿਹਾ। ਪਲਸਤਰ ਹੋ ਗਿਆ, ਹੁਣ ਪੱਥਰ ਲੱਗਣਾ ਹੌਲੀ ਹੌਲੀ। ਉਹ ਛੇਤੀ ਕਰੋ, ਛੇਤੀ ਕਰੋ, ਛੇਤੀ 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 ਭਰੋ ਬਾਈ। ਕੰਮ ਸਾਡਾ ਪੂਰੀ ਤੇਜ਼ੀ ਨਾਲ ਚੱਲ ਰਿਹਾ ਜੀ। ਮਾਧੁਰ ਸਿੰਘ ਆਪਣੇ ਮੂੰਹ ਦਿਖਾ। ਹਾਂਜੀ ਸਰ, ਚਲੋ ਚਲੋ ਚਲੋ, ਪਤਾ ਤਾਂ ਹੋ ਜਾ। ਛੋਟੇ ਛੋਟੇ ਸੇਵਾ, ਛੋਟੇ ਛੋਟੇ ਸੇਵਾਦਾਰ ਸਾਡੇ ਤਾਇਆ ਜੀ, ਇਹ ਸਾਡੇ ਪਿੰਡ ਦੇ ਮੋਹਤਵਾਰ ਬੰਦੇ ਨੇ, ਘੁੱਲੀ ਸਿੰਘ, ਪਿੰਡ 'ਚੋਂ ਜਮ੍ਹਾਂ ਨਿਕੰਮਾ ਬੰਦਾ। ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਕੈਮਰਾਮੈਨ ਆਪ ਕਿਉਂ ਨਹੀਂ ਬੱਠਲ ਚੱਕ ਰਿਹਾ, ਮੇਰੇ ਹੱਥ 'ਤੇ ਸੱਟ ਵੱਜੀ ਹੋਈ ਹੈ, ਦੇਖ ਸਕਦੇ ਤੁਸੀਂ। ਕਦੇ ਕਮੈਂਟਾਂ 'ਚ ਗਾਲਾਂ ਕੱਢਣ ਲੱਗ ਜਾਓ, ਜਨਤਾ ਦਾ ਪਤਾ ਕੋਈ ਨਹੀਂ ਹੁੰਦਾ। ਅਸੀਂ ਦੇਖ ਦੇਖੋ ਜੀ, ਤੁਹਾਨੂੰ ਉੱਪਰ ਦਿਖਾ ਰਹੇ ਹਾਂ, ਦੇਖੋ ਗੁਰਦੁਆਰਾ ਸਾਡਾ ਪਿੰਡ ਇੱਦਾਂ ਦਾ ਬਣਿਆ। ਸਾਡਾ ਗੁਰਦੁਆਰਾ, ਸਾਡਾ ਪਿੰਡ ਥੋੜ੍ਹਾ ਜੀ, ਤਾਂ ਕਰਕੇ ਹੌਲੀ ਹੌਲੀ ਢਾਲ ਕੱਟ ਪਾਉਂਦੇ ਹਾਂ ਸਾਰੇ, ਤਾਂ ਹੌਲੀ ਹੌਲੀ ਕੰਮ ਚੱਲਦਾ। ਗੁਰਦੁਆਰਾ ਪੈਂਦਾ ਨੂੰ 4 ਸਾਲ ਹੋ ਚੁੱਕੇ ਨੇ, ਅਤੇ ਜੇ ਕੋਈ ਵੀ NRI ਵੀਰ ਕੋਈ ਵੀ ਜੇ ਮਦਦ ਕਰਨਾ ਚਾਹੁੰਦਾ ਤਾਂ ਜ਼ਰੂਰ ਕਰੇ।
ਚੱਲ ਚੱਲ ਖੜਨਾ ਬਾਬੇ ਖੜਨਾ ਨਾੜੀਆਂ ਕੱਲੇ ਨੇ ਭਰਦੇ ਨਾੜੀਆਂ ਕੱਲੇ ਹੀ ਭਰਦੇ ਇਹ ਨਾਟਕ ਹੈ ਸਾਡਾ ਦੇਖੋ ਜੀ ਆ ਅਸ਼ਰ ਆ ਗਿਆ ਅਸ਼ਰ ਸਾਡਾ ਅਸ਼ਰ ਇਹ ਨਹੀਂ ਖੜਦਾ ਬੋਲੋ ਕੁਛ ਨਾਟਕ ਜੀ ਸੇਵਾ ਚੱਲ ਰਹੀ ਹੈ ਨਾਟਕਾਂ ਦਾ ਖਰਚਾ ਕਿੰਨਾ ਕੁ ਨਾਟਕਾਂ ਦਾ ਆ ਗਿਆ ਅਸ਼ਰ ਦੁਬਾਰੇ ਫਿਰ ਆ ਗਿਆ ਖਰਚਾ ਤਾਂ ਘੱਟ ਸੇਵਾ ਚੱਲ ਰਹੀ ਹੈ ਲੱਕੀ ਤੁਸੀਂ ਨਾ ਖੜੋ ਬਾਈ ਤੁਸੀਂ ਚਲਾਈ ਚਲੋ ਲੱਖੀ ਆਹ ਕੁੱਲੀ ਸਿੰਘ ਨੇ ਪੌੜੀਆਂ ਬਣਾਈਆਂ ਨੇ ਦੇਖ ਲਓ ਜੀ ਚੜ ਕੇ ਇਹ ਪੌੜੀਆਂ ਹੈਗੇ ਨੇ ਫੁੱਲ ਕੰਡ ਵਾ ਸਵਾਰੀ ਤੋਂ ਬਾਅਦ ਆਪਣੇ ਮਾਲ ਦੀ ਆਪ ਜ਼ਿੰਮੇਵਾਰ ਹੈ ਜੇ ਡਿੱਗ ਪਈ ਸਾਡੇ ਖੰਡ ਪਾਠ ਆਉਂਦੇ ਇੱਥੇ ਬੁੜੀਆਂ ਬਾੜੀਆਂ ਡਿੱਗਣਗੀਆਂ ਪੱਕਾ ਮਸਤੀ ਹੋ ਗਈ ਸੀ ਕਾਂਡ ਇੱਕ ਤਾਂ ਮੈਂ ਕਿਹੜਾ ਜਾਣ ਕੇ ਤੋੜਦਾ ਹੁਣ ਜੇ ਇੱਥੇ ਕੋਈ ਵੀ ਡਿੱਗਦਾ ਤਾਂ ਆਪ ਜ਼ਿੰਮੇਵਾਰ ਹੈਗਾ 50 ਕਿਲੋ ਤੋਂ ਉੱਪਰ ਬੰਦਾ ਚੜੇ ਇੱਥੇ ਪੋਲੂ ਉਹ ਪੋਲੂ ਮਿੱਟੀ ਮੁੱਟੀ ਲਾ ਕੇ ਠੀਕ ਹੈ ਤਾਇਆ ਕਿਵੇਂ ਚੱਲ ਰਿਹਾ ਕੰਮ ਵਧੀਆ ਜੀ ਓਕੇ ਜੀ ਵਧੀਆ ਸੇਵਾ ਪੂਰੀ ਚੱਲ ਰਹੀ ਹੈ ਕੀ ਚੱਲ ਰਿਹਾ ਮਿਸਤਰੀ ਪੌੜੀਆਂ ਬਣਾਈ ਜਾਂਦਾ ਨਵਾਂ ਆਇਆ ਜੀ ਉਧਰੋਂ ਤੇਜੀ ਸਿੰਘ ਬੈਠੇ ਨੇ ਆਪਣੇ ਜੀ ਉਹ ਸੇਵਾ ਬਹੁਤ ਕਰਦੇ ਨੇ ਕਹੀ ਚੱਕੋ ਕਹੀ ਚੱਕੋ ਸਾਡੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਸਾਡੇ ਬਿਲਕੁਲ ਆਥਣ ਦਾ ਵੇਲਾ ਹੋ ਚੁੱਕਿਆ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਕੰਮ ਲਗਭਗ ਕੰਪਲੀਟ ਹੋਣ ਜਾ ਰਿਹਾ ਹੈਗਾ ਆਹ ਸੀ ਮਿੱਟੀ ਦੀਆਂ ਟਰਾਲੀਆਂ 6 ਸੀ ਸਾਡੇ ਕੋਲ ਜਿਹਦੇ ਵਿੱਚੋਂ 4 ਤਾਂ ਖਤਮ ਹੋ ਗਈਆਂ ਮਤਲਬ ਬੰਦ ਕਰਤੀਆਂ 2 ਹੀ ਗੇੜੇ ਲਾਉਣ ਗਏ ਨੇ ਬੰਦੇ ਵੀ 7-8 ਹੀ ਰਹਿ ਗਏ ਥੋੜ੍ਹੇ ਰਹਿ ਚੁੱਕੇ ਨੇਗੇ ਬਾਬਾ ਜੀ ਪਾਠ ਪੜ੍ਹ ਰਹੇ ਨੇ ਤੁਸੀਂ ਦੇਖ ਸਕਦੇ ਹੋ ਥੋੜ੍ਹੇ ਬਹੁਤ ਬੰਦੇ ਰਹਿ ਗਏ ਰੈਂਪ ਬਣਾ ਦਿੱਤਾ ਜੀ ਦੇਖੋ ਰੈਂਪ
ਆਪਾਂ ਦੇਖੋ ਇਹ ਰੈਂਪ ਬਣਾਇਆ ਵਧੀਆ ਬਣਿਆ ਦੇਖੋ ਆਰ ਜੀ ਚੀਜ਼ਾਂ ਬਣਾਈਆਂ ਨੇ ਕਿਉਂਕਿ ਹਲੇ ਬਹੁਤ ਕੁਛ ਹੋਣਾ ਤੋਂ ਬਾਅਦ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਫਾਈਨਲੀ ਸਾਡਾ ਅੱਜ ਭਾਰਤ ਦਾ ਕੰਮ ਪੂਰਾ ਹੋ ਚੁੱਕਿਆ ਜੀ ਅਤੇ ਅੱਜ ਦਾ ਵਲੌਗ ਅਸੀਂ ਇੱਥੇ ਸਮਾਪਤ ਕਰਦੇ ਹਾਂ ਅਤੇ ਵੀਡੀਓ ਜੇ ਤੁਹਾਨੂੰ ਪਸੰਦ ਆਈ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਅਤੇ ਹਾਂ ਸਾਡੇ ਜਿਹੜਾ ਗੁਰਦੁਆਰਾ ਸਾਹਿਬ ਪੈ ਰਿਹਾ ਸਾਡੇ ਪਿੰਡ 'ਚ ਤੁਹਾਨੂੰ ਪਹਿਲਾਂ ਵੀ ਦੱਸਿਆ ਥੋੜ੍ਹੇ ਘਰ ਨੇਗੇ ਅਤੇ ਜੇ ਕੋਈ ਵੀ ਮਦਦ ਕਰਨਾ ਚਾਹੁੰਦਾ ਕੋਈ NRI ਭਰਾ ਕੋਈ ਵੀ ਮਦਦ ਕਰਨਾ ਚਾਹੁੰਦਾ ਸਾਨੂੰ ਜ਼ਰੂਰ ਸੰਪਰਕ ਕਰਿਓ ਅਤੇ ਤੁਹਾਨੂੰ ਸਿੱਧਾ ਕਮੇਟੀ ਨਾਲ ਸੰਪਰਕ ਕਰਾਵਾਂਗੇ ਕਿਉਂਕਿ ਇਹੋ ਜਿਹੇ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਮਦਦ ਦੀ ਜ਼ਰੂਰਤ ਹੁੰਦੀ ਹੈ ਅਤੇ ਵੀਡੀਓ ਦੇਖਣ ਲਈ ਤੁਹਾਡਾ ਦੁਬਾਰੇ ਫੇਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।